वाले ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਅੱਡਾ 247 ਤੇ ਮੇਰਾ ਨਾਮ ਹੈ ਗਗਨ ਤੇ ਅੱਜ ਜਿਹੜੀ ਵੈਕੈਂਸੀ ਦੀ ਗੱਲ ਕਰਨ ਜਾ ਰਹੇ ਹਾਂ ਉਹ ਵੈਕੈਂਸੀ ਹੈ ਇੱਕ ਡਾਟਾ ਐਂਟਰੀ ਆਪਰੇਟਰ ਦੀ ਤੇ ਇੱਕ ਰਿਸਰਚ ਅਸਿਸਟੈਂਟ ਦੀ ਤੇ ਕਿੱਥੋਂ ਦੀ ਹੈ ਉਹ ਹੈ ਜੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ ਸਾਦੀ ਕਰੋੜ ਫਰੀਦਕੋਟ ਦੀ ਤਾਂ 6 ਮਈ ਤੋਂ ਪਹਿਲਾਂ ਪਹਿਲਾਂ ਐਪਲੀਕੇਸ਼ਨਾਂ ਮੰਗੀਆਂ ਨੇ ਤੇ ਦੋ ਪੋਸਟਾਂ ਨੇ ਇੱਕ ਪੋਸਟ ਡਾਟਾ ਐਂਟਰੀ ਆਪਰੇਟਰ ਦੀ ਤੇ ਇੱਕ ਹੈ ਰਿਸਰਚ ਅਸਿਸਟੈਂਟ ਦੀ ਡਾਟਾ ਐਂਟਰੀ ਆਪਰੇਟਰ ਲਈ ਇਹਨਾਂ ਨੇ ਕਿਹਾ ਕਿ 25 ਸਾਲ ਤੱਕ ਤੁਹਾਡੀ ਏਜ ਹੋਣੀ ਚਾਹੀਦੀ ਹੈ ਤੁਹਾਨੂੰ 15000 ਕੀ ਡਿਪਰੈਸ਼ਨ ਸੇ 1 ਘੰਟੇ ਵਿੱਚ ਹੋਣੇ ਚਾਹੀਦੇ ਕੀ ਡਿਪਰੈਸ਼ਨ ਮਤਲਬ ਮੇਰਾ ਨਾਮ ਅਜੇ ਤਾਂ ਜੀਏ ਜੀਐਨ ਗਗਨ ਟਾਈਪ ਕੀਤਾ ਤਾਂ ਉਹ 5 ਕੀ ਡਿਪਰੈਸ਼ਨ ਹੋ ਗਏ ਤਾਂ 1 ਘੰਟੇ ਵਿੱਚ 15000 ਤੱਕ ਮਿਨੀਮਮ ਹੋਣੇ ਚਾਹੀਦੇ ਕੀ ਡਿਪਰੈਸ਼ਨ 12th ਪਾਸ ਜਾਂ ਇੰਟਰਮੀਡੀਏਟ ਹੋਣੇ ਚਾਹੀਦੇ ਤੇ ਓਬਵੀਅਸਲੀ ਫਰੀਦਕੋਟ ਪੰਜਾਬ ਦਾ ਤਾਂ 10th ਪੰਜਾਬੀ ਥੋੜੀ ਜ਼ਰੂਰੀ ਹੈ ਠੀਕ ਹੈ ਤੇ ਤੁਹਾਨੂੰ ਨਾਲ-ਨਾਲ ਐਮਐਸ ਐਕਸਲ ਆਉਂਦਾ ਵਰਡ ਆਉਂਦਾ ਹੈ ਐਕਸੈਸ ਆਉਂਦਾ ਹੈ ਤੇ ਤੁਹਾਡੇ ਕੋਲ ਕੰਪਿਊਟਰ ਦਾ ਸਰਟੀਫਿਕੇਟ ਹੈ ਤਾਂ ਤੁਹਾਨੂੰ ਥੋੜੀ ਜੀ ਜ਼ਿਆਦਾ ਤਰਜੀਹ ਮਿਲੂਗੀ ਉਹਦੇ ਰਿਸਰਚ ਅਸਿਸਟ ਦੀ ਸੋਸਕ ਦੀ ਡੇਟ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਹੋਵੇ ਮੈਡੀਕਲ ਸਾਇੰਸ ਵਿੱਚ ਬੀਐਸਸੀ ਨਰਸਿੰਗ ਮੈਡੀਕਲ ਜਾਂ ਫਿਰ ਇਹ ਹੋ ਜਾ ਤੇ ਨਾਲ ਨਾਲ 3 ਸਾਲ ਦਾ ਐਕਸਪੀਰੀਅੰਸ ਜਾਂ ਫਿਰ ਜੇ ਤੁਸੀਂ ਮਾਸਟਰ ਕੀਤੀ ਹੈ ਇਹਨਾਂ ਵਿੱਚ ਐਮ ਫਾਰਮਾ ਐਮਐਸਸੀ ਨਰਸਿੰਗ ਮੈਡੀਕਲ ਜਾਂ ਕਿਸੇ ਵਿੱਚ ਤਾਂ ਤੁਹਾਨੂੰ ਕੋਈ ਲੋਡ ਨਹੀਂ ਐਕਸਪੀਰੀਅੰਸ ਤੇ ਇਹ ਸਭ ਕੁਝ ਹੈ ਤੇ ਇਹਦੀ ਸੈਲਰੀ ਦੀ ਗੱਲ ਕਰੀ ਤਾਂ ਡਾਟਾ ਐਂਟਰੀ ਆਪਰੇਟਰ ਦੀ ਸੈਲਰੀ ਹੋ ਜਾਂਦੀ ਹੈ 17000 ਰੁਪਏ ਪਰ ਮਹੀਨਾ ਤੇ ਜਿਹੜੀ ਆਪਣੇ ਰਿਸਰਚ ਅਸਿਸਟੈਂਟ ਹੈ ਉਹਦੀ ਸੈਲਰੀ ਹੋ ਜਾਂਦੀ ਹੈ 31000 ਰੁਪਏ ਪਰ ਮਹੀਨਾ ਠੀਕ ਹੈ 17000 ਪਰ ਮੰਥ ਤੇ 31000 ਰੁਪਿਆ ਪਰ ਮਹੀ ਤੇ 1 ਸਾਲ ਦਾ ਕੰਟਰੈਕਟ ਪੀਰੀਅਡ ਹੈ ਇਹ ਗੱਲ ਧਿਆਨ ਰੱਖਣੀ ਆ ਵੇਖੋ 1 ਸਾਲ ਦਾ ਕੰਟਰੈਕਟ ਪੀਰੀਅਡ ਹੈ ਠੀਕ ਹੈ ਤੇ 6 ਮਈ ਤੋਂ ਪਹਿਲਾਂ ਪਹਿਲਾਂ ਤੁਸੀਂ ਭੇਜਣਾ ਹੈ ਤੇ ਫਰਮ ਦੀ ਫੀਸ ਵੀ ਹੈ ਜਨਰਲ OBC ਬਾਕੀ ਸਾਰੇ ਲਈ 500 ਹੈ ਤੇ SC ST ਲਈ 250 ਹੈ ਤੇ ਅਪਲੀਕੇਸ਼ਨ ਫਾਰਮ ਤੇ ਇਹ ਲਿਖਣਾ ਹੈ ਤੁਸੀਂ ਅਪਲੀਕੇਸ਼ਨ ਫਾਰ ਪੋਸਟ ਆਫ ਰਿਸਰਚ ਅਸਿਸਟੈਂਟ ਅੰਡਰ DHR ਪ੍ਰੋਜੈਕਟ ਇਨ ਨਿਊਰੋਲੋਜੀ ਤਾਂ ਇਹ ਹੈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ ਦੀ ਹੁਣ ਤੁਸੀਂ ਕਹੋਗੇ ਸਰ ਇੱਕ ਪੋਸਟ ਐ ਕਿਉਂ ਮਜ਼ਾਕ ਕਰਦੇ ਹੋ ਯਾਰ ਇੱਕ ਪੋਸਟ ਤੇ ਵੀ ਤਾਂ ਕਿਸੇ ਦੀ ਨੌਕਰੀ ਲੱਗੂਗੀ ਕਿ ਨਹੀਂ ਹੁਣ ਜਿਹੜਾ ਲੋਕਲ ਹੈ ਕੋਈ ਫਰੀਜ਼ ਕੋਟ ਘਰੇ ਬੈਠਾ ਜਿਹਨੂੰ ਟਾਈਪਿੰਗ ਆਉਂਦੀ ਹੈ ਵਧੀਆ ਪੇਪਰਾਂ ਦੇ ਮੰਨ ਲਓ ਕਿ ਤਿਆਰੀ ਕਰ ਰਿਹਾ ਹੋਵੇ ਬਾਏ ਕਾਲਰ ਤੇ ਲੱਗਿਆ ਹੋਵੇ ਉਹਨੂੰ ਕੀ ਮਾੜਾ 17000 ਰੁਪਏ ਦੇ ਘਰੇ ਬੈਠੇ ਮਿਲ ਜਾਣ ਡੇਟਾ ਐਂਟਰੀ ਆਪਰੇਟਰ ਲੱਗਿਆ ਹੋਵੇ ਰਿਸਰਚ ਅਸਿਸਟੈਂਟ ਨੂੰ ਤਾਂ 33000 ਮਿਲ ਰਹੇ ਸਰਕਾਰ ਹੈਨਾ ਤਾਂ ਦੇਖੋ ਯਾਰ ਵੈਕੈਂਸੀ ਵੱਡੀ ਨਹੀਂ ਹੁੰਦੀ ਛੋਟੀ ਹੁੰਦੀ ਇੱਕ ਸਾਨੂੰ ਤਾਂ ਇੱਕ ਲੈਣੀ ਹੈ ਜੇ 1.5 ਲੱਖ ਵੈਕੈਂਸੀ ਆ ਗਈ ਫਿਰ ਕੀ ਹੋਗਾ 1 2 3 4 5 6 7 8 10 10 ਵੈਕੈਂਸੀ ਤੁਹਾਡੇ ਹੱਥਾਂ 'ਲੇ ਲੱਗਣੀ ਹੈ ਇੱਕ ਤੁਹਾਡਾ ਸਿਰਲ ਲੈ ਕੇ ਜਾਊਗਾ ਹੈ ਦੋ ਤੁਹਾਡੀ ਲੱਤਾਂ ਲੈ ਜੂਗੀ ਹੈ 10 ਤੁਹਾਡੇ ਪੈਰਾਂ ਦੀਆਂ ਉਂਗਲਾਂ ਹੋ ਗਈਆਂ ਕਿੰਨੇ ਹੋ ਗਏ 10 10 20 21 22 23 24 25 ਵੈਕੈਂਸੀ ਲੈ ਕੇ ਜਾਣੀ ਵੈਕੈਂਸੀ ਤਾਂ 1 ਕੀ ਲੈਣੀ ਤੁਸੀਂ ਭਾਵੇਂ 5 ਲੱਖ ਵੈਕੈਂਸੀ ਹੋਵੇ ਪੰਜ ਕਰੋੜ ਵੈਕੈਂਸੀ ਹੋਵੇ ਭਾਵੇਂ 1 ਵੈਕੈਂਸੀ ਹੋਵੇ ਤੁਹਾਨੂੰ ਤਾਂ 1 ਹੀ ਚਾਹੀਦੀ ਹੈ ਤਾਂ ਉਹ ਦੇਖਿਆ ਕਰੋ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਜਿਹੜੀ ਨਵੀਂ ਛੋਟੀ ਵੱਡੀ ਮੋਟੀ ਬਹੁਤ ਤਗੜੀ ਬਹੁਤ ਛੋਟੀ ਵੈਕੈਂਸੀ ਆਉਗੀ ਉਹਨੂੰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤਾਂ ਜਰੂਰ ਜੁੜੇ ਰਹੋ ਨਾਲ ਸਤਿ ਸ਼੍ਰੀ ਅਕਾਲ 올 ਦਾ ਬੈਸਟ ਧਿਆਨ ਰੱਖੋ